तो गाइस वेलकम बैक टू ब्रांड न्यू अनबॉक्सिंग वीडियो ऑफ PS5। इस देख सकते हो भाई साहब, ये ब्रांड न्यू अपना PS5 स्लिम, ये डिजिटल एडिशन है। आप डिस्क एडिशन लेता क्योंकि यार डिस्क एडिशन ना थोड़ा हो जाता है, तो मैं कला ही बंदा ना कोई कैमरा मैन रही थी, मैं फिर दिखा देना मेरे को कि कैमरा मैन है नहीं, तो मैंने खुद ही अनबॉक्सिंग करनी, खुद ही थोड़ा दिखाना पू कर दें शुरू। बॉक्स तो पहले तो पहले कंपनी है जी, चिप भी उतार ली है, तो पहला तो ये सीधा है, ये भी इतने रुपया भी रख रहे हैं, ये है ये सोनी की सील, ये है 1 ईयर वारंटी वाला बॉक्स से देखने को दिखा देता हूँ। बॉक्स में जब आप खोलना देखते हो अंदर ऊपर एक दो बॉक्स निकल रहा है जो कि जिससे हमने खोलते हैं पूरा खाली, वारंटी कार्ड होता है एक अपना वारंटी कार्ड होता है जिस वारंटी मिलेगी जिस साल के अंदर अंदर खराब वगैरह होगा तो आप ये नंबर वोट मंगवा सकते हैं। थोड़ी गल दिखाते खेलते हैं, लेट्स गो। सब तो पहले तो इतने अपने एक पावर केबल, पावर कॉर्ड या पावर केबल जो भी आप कहते हैं वो ले लिए, ठीक है। एंड एक मिल गया टाइप सी केबल कंट्रोलर चार्ज करेंगे, ठीक है। एक मिल गया अपन 4K 120 FPS से 8K सपोर्टेड HDMI तार जो कि बढ़िया क्वालिटी की लग रही है। ਅਤੇ 2 ਮਿਲਦੇ ਆ ਇਹਦੇ ਪਲੇ ਸਟੇਸ਼ਨ ਦੇ ਪਲਾਸਟਿਕ ਦੇ ਹੁੰਦੇ ਆ, ਇਹਦੇ ਪੂਰੇ ਵਧੀਆ ਕੁਆਲਿਟੀ ਦੇ ਨਹੀਂ ਹੈਗੇ ਬਟ ਸਲਿਮ ਦੇ ਸਟੈਂਡਸ, ਬਟ ਇਹਦੀ ਤਾਂ ਮੈਨੂੰ ਇੰਨੀ ਜ਼ਿਆਦਾ ਜ਼ਰੂਰਤ ਪੈਣੀ ਨਹੀਂ, ਬਟ ਉਹਨੂੰ ਸੰਭਾਲ ਕੇ ਜ਼ਰੂਰ ਰੱਖਾਂਗੇ। ਅਤੇ ਇੱਕ ਪਾਸਾ ਇੱਕ ਐਵੇਂ ਨਿਕਲਦਾ ਜਿਹੜੇ ਕਿਚਨ ਬੋਕਸ ਹੁੰਦੇ, ਅਤੇ ਇਹ 'ਚ ਆਪਣਾ ਹੁੰਦਾ ਡੂਅਲ ਸੈਂਸ ਫਾਈਵ ਕੰਟਰੋਲਰ ਹਾਈ ਕਿਆ ਫੀਲ ਹੈ, ਇਨ ਹੈਂਡ ਫੀਲ ਇਜ਼ ਵਾਲੀ ਬਹੁਤ ਤਕੜੀ ਹੈ ਕੰਟਰੋਲਰ ਯੂਜ ਕੰਟਰੋਲਰ ਦੋ, ਅਤੇ ਥੋੜ੍ਹਾ ਜਿਹਾ ਮੈਨੂੰ ਪਲੇਸ਼ਨ 4 ਦੇ ਨਾਲ ਕੰਟਰੋਲਰ ਨਾਲ ਥੋੜ੍ਹਾ ਜਿਹਾ ਹੈਵੀ ਲੱਗ ਰਿਹਾ, ਜ਼ਰੂਰ ਹੈਵੀ ਲੱਗ ਰਿਹਾ। ਅਤੇ ਸੈਕਿੰਡ ਇਹ ਕੰਟਰੋਲਰ ਕਰਦੇ ਹਾਂ, ਹੁਣ ਆਉਂਦੀ ਆਪਣੀ ਸਭ ਤੋਂ ਜ਼ਿਆਦਾ ਮੇਨ ਚੀਜ਼ ਜੋ ਕਿ ਹੈ ਪਲੇਸਟੇਸ਼ਨ 5। ਉਹ ਬਾਕਸ ਦੇ ਗਏ ਐਂਡੀ ਰਿਪਲੇ ਦੇ ਗਿਆ ਵਿੱਚ, ਇਹ ਬਾਕਸ ਨੂੰ ਪੁੱਟ ਕਰ ਦੇ ਸਾਈਡ ਇਸ ਤੋਂ ਨਹੀਂ ਗਿਆ ਮਸ਼ੀਨ ਨੂੰ ਦੋਸਤ ਕਿਸ ਸਟੇਸ਼ਨ ਥੋੜ੍ਹਾ ਜਿਹਾ ਸਾਈਡ 'ਤੇ ਰੱਖ ਕੇ ਇਹ 2 ਮੈਨੂਅਲ ਹੁੰਦੀਆਂ ਨੇ ਮੇਰਾ ਪਲੇਸਟੇਸ਼ਨ ਦੀ ਅਤੇ ਕੰਟਰੋਲਰ ਦੀ ਇੰਗਲਿਸ਼, ਅਤੇ ਉਸ ਤੋਂ ਬਾਅਦ ਹੁੰਦਾ ਆਪਣਾ ਪਲੇਸਟੇਸ਼ਨ 5 ਦਾ ਕੰਸੋਲ। ਤਾਂ ਹੀ ਮੈਂ ਨਾ ਉਹਨੂੰ ਥੋੜ੍ਹਾ ਜਿਹਾ ਬੈੱਡ ਦੇ ਕੋਲੇ ਵੀ ਅਨਬੋਕਸ ਕਰ ਰਹੀ ਹਾਂ, ਉਹ ਅਨੁਖਾ ਜਗ੍ਹਾ ਰੱਖੀਏ ਇੱਥੇ ਕੰਸੋਲ ਆਪਣਾ ਇਹ ਥੋੜ੍ਹਾ ਹੈ ਤੋਂ ਵੱਡਾ ਜਿਹਾ ਕਿ ਮੈਂ ਦਿਖਾਉਣਾ ਕਦੇ ਹੱਥ 'ਚ ਲੈ ਕੇ ਫੋਨ ਤਾਂ ਯਾਰ ਬਹੁਤ ਬੜਾ, ਬਟ ਇਹ ਫੈਟ ਨਾਲ ਥੋੜ੍ਹਾ ਛੋਟਾ, ਫੈਟ ਮੈਂ ਯੂਜ ਤਾਂ ਨਹੀਂ ਕੀਤਾ ਕਦੇ। ਬਾਈ ਸਾਹਿਬ ਬਿਲਕੁਲ ਹੀ ਬਿਲਕੁਲ ਜੋ ਬਹੁਤ ਸੋਹਣਾ ਲੱਗ ਰਿਹਾ, ਜੇ ਤੁਹਾਨੂੰ ਮੈਂ ਦਿਖਾਵਾਂ ਇੱਥੇ ਇੱਕ ਪਲੇ ਸਟੇਸ਼ਨ ਦਾ ਲੋਗੋ ਬਣਿਆ ਹੁੰਦਾ ਐਵੇਂ, ਇਹਦੀ ਇਨਹੈਂਡ ਫੀਲਡ ਤੁਹਾਨੂੰ ਬਹੁਤ ਸੋਹਣੀ ਲੱਗਦੀ ਮੈਨੂੰ। ਅਤੇ ਇੱਥੇ ਆਪਣਾ ਪਲੇ ਸਟੇਸ਼ਨ ਦੇ ਯਾਰ ਬਲਰੀ ਹੋ ਗਈ ਥੋੜ੍ਹੀ ਜਿਹੀ ਇਮੇਜ, ਇੱਥੇ ਪਲੇ ਸਟੇਸ਼ਨ ਦਾ ਲੋਗੋ ਬਣਿਆ ਹੁੰਦਾ ਅਤੇ ਇਹਨੂੰ 2 ਸਕਿੰਟ ਮੈਂ ਜਰਾ ਬੈੱਡ 'ਤੇ ਲਟਾ ਹੀ ਦਿੰਦਾ 2 ਸਕਿੰਟ, ਮੈਨੂੰ ਡਰ ਜਿਹਾ ਲੱਗੂ। ਇਹੀ ਸੀ ਆਪਣੀ ਮੇਨ ਤਾਂ ਅਨਬੋਕਸਿੰਗ ਵੀਡੀਓ, ਅਨਬੋਕਸਿੰਗ ਵੀਡੀਓ ਤਾਂ ਮੇਨ ਇਹ ਸੀ, ਅਤੇ ਤੁਹਾਨੂੰ ਇਹਦਾ ਮੇਨ ਤਾਂ ਇਹਦੇ ਅਡੈਪਟਿਵ ਟ੍ਰਿਗਰਸ ਨੇ, ਅਤੇ ਇਹਦੀ ਆਪਾਂ ਸੈਟਅਪ ਵੀਡੀਓ ਅਗਲੀ ਵੀਡੀਓ ਲੈ ਕੇ ਆਵਾਂਗੇ। ਅਤੇ ਇਹ ਕੰਟਰੋਲਰ ਦੇਖ ਸਕਦੇ ਹੋ ਆਪ, ਚਲੋ ਵੀ ਗਾਈਜ਼ ਮਿਲਦੇ ਹਾਂ ਯਾਰ ਬ੍ਰੈਂਡ ਨਿਊ ਨੈਕਸਟ ਵੀਡੀਓ 'ਚ, ਤੱਕ ਬਾਏ।